ਸਰ ਕਿਸ ਤਰ੍ਹਾਂ ਦੇਖਦੇ ਹੋ, ਅੱਜ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਜਾ ਰਹੀਆਂ ਨੇ, ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ। ਦੇਖੋ, ਪ੍ਰੋਪਰਟੀ ਫ੍ਰੀਜ਼ਿੰਗ ਦਾ ਇਹ ਜਿਹੜਾ ਸਿਲਸਿਲਾ ਹੈ, ਮੇਰੇ ਖਿਆਲ 2016-17 ਤੋਂ ਸ਼ੁਰੂ ਕੀਤਾ ਸੀ, ਔਰ ਉਦੋਂ ਜ਼ਿਆਦਾ ਇਹਦੀ ਜਿਹੜੀ ਹੈ ਨਹੀਂ ਸੀਗਾ ਵੀ, ਹੁਣ ਤਾਂ ਕਾਫੀ ਜ਼ਿਆਦਾ ਲੋਕ, ਸਾਰੇ SHOs ਵਗੈਰਾ ਸਾਰੇ ਨੂੰ ਪਤਾ ਲੱਗ ਗਿਆ ਵੀ ਕਿਵੇਂ ਕਰਨੀ ਹੈ ਔਰ ਕੀ ਹੈ। ਅਤੇ ਹੁਣ ਤੱਕ ਜਿਹੜਾ ਅਸੀਂ ਤਰਨ ਤਾਰਨ ਜ਼ਿਲ੍ਹੇ 'ਚ ਕਰੀਬ ਅੱਜ ਵੀ ਅਸੀਂ 2 ਆਰਡਰ ਪੇਸਟ ਕਰਾਏ ਆ, ਜਿਹਦੇ 'ਚ 150 1.5 ਕਰੋੜ ਦੇ ਕਰੀਬ ਜਿਹੜੀ ਪ੍ਰੋਪਰਟੀ ਹੈ, ਉਹਦੇ 'ਚ 30 ਲੱਖ ਰੁਪਏ ਦੀ ਪ੍ਰੋਪਰਟੀ ਸੀਗੀ ਕੰਗ ਪਿੰਡ ਦੀ, ਗੁਰਵਿੰਦਰ ਸਿੰਘ, ਅਤੇ ਉਹ ਉੱਥੇ ਮੈਂ ਲਾ ਕੇ ਆਇਆ ਖੁਦ ਜਾ ਕੇ, ਔਰ ਇੱਕ ਜਗ੍ਹਾ DSP ਸਾਹਿਬ ਝਬਾਲ 'ਚ ਗਏ ਆ, 98 ਲੱਖ ਦੇ ਕਰੀਬ ਉੱਥੇ ਘਰ ਦੀ ਪ੍ਰੋਪਰਟੀ ਜਿਹੜੀ ਫਰੀਜ਼ ਕੀਤੀ ਗਈ ਹੈ ਕੰਪੀਟੈਂਟ ਅਥਾਰਟੀ ਵੱਲੋਂ ਆਰਡਰ। ਔਰ ਹੁਣ ਤੱਕ ਜ਼ਿਲ੍ਹਾ ਤਰਨ ਤਾਰਨ 'ਚ ਜੇ ਅਸੀਂ ਦੇਖੀਏ ਤਾਂ 144 ਕਰੋੜ, ਅਪਰੋਕਸੀਮੇਟਲੀ 150 ਕਰੋੜ ਦੇ ਕਰੀਬ ਜਿਹੜੀ ਹੈ ਪ੍ਰੋਪਰਟੀ ਅਸੀਂ ਫਰੀਜ਼ ਕਰਾ ਚੁੱਕੇ ਹਾਂ, ਔਰ ਇਹ ਸਿਲਸਿਲਾ ਅੱਗੇ ਵੀ ਚੱਲਦਾ ਰਹੇਗਾ। 19 ਦੇ ਕੇਸ ਸਾਡੇ ਕਰੀਬ ਅਜੇ ਪੈਂਡਿੰਗ ਪਏ ਆ, ਜਿਨ੍ਹਾਂ 'ਚ ਆਰਡਰਸ ਅਜੇ ਰਿਸੀਵ ਹੋਣੇ ਬਾਕੀ ਹੈ, ਤਾਂ ਅਗਲੇ ਕੁਝ ਦਿਨਾਂ 'ਚ ਉਹ ਵੀ ਆਰਡਰ ਆ ਜਾਣਗੇ, ਤਾਂ ਉਹ ਵੀ ਅਸੀਂ ਮੁਹਿੰਮ ਇੱਦਾਂ ਹੀ ਜਾਰੀ ਰੱਖਾਂਗੇ। ਸਰ ਗੱਲ ਕਰੀ ਨਸ਼ਾ ਤਸਕਰਾਂ ਦੀ, ਤਾਂ ਨਸ਼ਾ ਤਸਕਰੀ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਨਹੀਂ ਬਖਸ਼ਿਆ ਜਾਂਦਾ, ਛੋਟੇ ਤੋਂ ਲੈ ਕੇ ਵੱਡਾ ਨਸ਼ਾ ਤਸਕਰ ਦੀ ਵੀ ਪ੍ਰੋਪਰਟੀ ਫਰੀਜ਼ ਕੀਤੀ ਜਾ ਰਹੀ ਹੈ? ਬਿਲਕੁਲ ਜੀ, ਚਾਹੇ ਜਿਹਦੇ 'ਚ ਦੇਖੋ, ਇਹਦੇ 'ਚ ਇੱਕ ਹੈਗਾ ਕਿ ਜਿਹਦੇ 'ਚ ਕਮਰਸ਼ੀਅਲ ਕੁਆਂਟਿਟੀ ਰਿਕਵਰ ਹੁੰਦੀ ਹੈ ਉਹਦੀ ਹੋਈ ਅਸੀਂ ਕਰ ਸਕਦੇ ਹਾਂ ਜਿਹੜੀ, ਅਤੇ ਉਸ 'ਚੋਂ ਮਤਲਬ 250-260 ਗ੍ਰਾਮ 65 ਗ੍ਰਾਮ ਤੋਂ ਉੱਪਰ। ਅੱਜ ਵੀ ਜਿਹੜਾ ਇੱਕ ਕੇਸ ਸੀਗਾ ਉਹ ਮੀਆਂ ਬੀਬੀ ਸੀਗੇ, ਜਿਨ੍ਹਾਂ ਦੇ ਨਾਮ 'ਤੇ ਪ੍ਰੋਪਰਟੀ, ਔਰ 265 ਗ੍ਰਾਮ ਇੱਕ 'ਚ ਸੀਗਾ, ਔਰ ਦੂਸਰਾ ਜਿਹੜਾ ਝਵਾਲ ਦਾ ਕੇਸ ਆ ਉਹ 1.5 ਕਿਲੋ ਦਾ ਸੀਗਾ। ਅਤੇ ਇੱਦਾਂ ਹੀ ਇੱਕ 5 ਕਿਲੋ ਵਾਲਾ ਹੈਗਾ ਜਿਹਦੇ ਆਰਡਰ ਅਸੀਂ ਰਿਸੀਵ ਹੋਣ ਵਾਲੇ ਹੈਗੇ ਆ। ਤਾਂ ਕੋਈ ਵੀ ਚਾਹੇ ਛੋਟਾ ਹੈ ਜਿਹਦੇ 'ਚ ਕਮਰਸ਼ੀਅਲ ਕੁਆਂਟਿਟੀ ਇਨਵੋਲਵ ਹੈ, ਉਹ ਸਾਰਿਆਂ ਦੇ 100% ਅਸੀਂ ਕੇਸਿਸ ਜਿਹੜੇ ਆ ਬਣਾ ਕੇ ਕੰਪੀਟੈਂਟ ਅਥਾਰਟੀ ਕੋ ਭੇਜ ਰਹੇ ਹਾਂ ਫੋਰ ਫ੍ਰੀਜ਼ਿੰਗ ਆਫ ਦੇਅਰ ਪ੍ਰੋਪਰਟੀ। ਸਰ ਜੇ ਗੱਲ ਕਰ ਲਈਏ ਤਾਂ ਆਪਣਾ ਜ਼ਿਲ੍ਹਾ ਜਿਹੜਾ ਬਾਰਡਰ ਦੇ ਨਾਲ ਜੁੜਿਆ ਹੋਇਆ ਹੈ, ਔਰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਨਸ਼ਾ ਵੇਚਣ ਵਾਲੇ ਲਗਾਤਾਰ ਜਿਵੇਂ ਵੱਧਦੇ ਜਾ ਰਹੇ ਨੇ, ਔਰ ਤੁਸੀਂ ਫੜਦੇ ਵੀ ਜਾ ਰਹੇ ਹੋ, ਹੁਣ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਹੈਂਡਲਿੰਗ ਕੀਤਾ ਜਾ ਰਿਹਾ, ਇਹਨਾਂ ਵਾਸਤੇ ਕੋਈ ਅਲੱਗ ਅਲੱਗ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਨੇ? ਬਿਲਕੁਲ ਜੀ, ਇਹਦੇ 'ਤੇ ਹੀ ਅਸੀਂ ਪਿੰਡ ਪਿੰਡ ਜਾ ਕੇ ਸਾਡੇ DSP ਸਾਹਿਬਾਨ ਵੱਲੋਂ, ਮੇਰੇ ਵੱਲੋਂ ਪਿੰਡ 'ਚ ਮੁਹੱਲਿਆਂ 'ਚ ਨੁੱਕੜ ਮੀਟਿੰਗਾਂ, ਵੈਸੇ ਪੰਚਾਇਤੀ ਤੌਰ 'ਤੇ ਮੀਟਿੰਗਾਂ ਰੱਖਾ ਕੇ, ਮੀਟਿੰਗਾਂ ਕਰਕੇ ਇਹਦੇ ਜਿਹੜੇ ਮਾੜੇ ਪ੍ਰਭਾਵ ਹੈ ਨਸ਼ਿਆਂ ਦੇ ਉਹਦੇ ਬਾਰੇ ਜਾਗਰੂਕਤਾ ਕਰਾਈ ਜਾ ਰਹੀ ਹੈ। ਜਿਹੜੇ ਕੋਈ ਵੇਚਣ ਵਾਲੇ ਵੀ ਹੈਗੇ ਆ ਉਹਨਾਂ ਨੂੰ ਵੀ ਇਸ ਮੀਟਿੰਗਾਂ ਤੋਂ ਆਗਾਹ ਕੀਤਾ ਜਾ ਰਿਹਾ ਕਿ ਜੇ ਤੁਸੀਂ ਇਹ ਕਰੋਗੇ ਤਾਂ ਤੁਹਾਡੀ ਪ੍ਰੋਪਰਟੀ ਕੁਛ ਵੀ ਬਣਾ ਲਓਗੇ, ਇਹ ਪੈਸਾ ਤੁਹਾਡੇ ਪੱਲੇ ਨਹੀਂ ਪੈਣਾ, ਇਹ ਵੈਸੇ ਵੀ ਸਰਕਾਰ ਦੇ ਖਾਤੇ 'ਚ ਚਲੇ ਜਾਣਾ ਔਰ ਫਰੀਜ਼ ਹੋ ਜਾਣਾ ਪ੍ਰੋਪਰਟੀਜ਼ ਵਗੈਰਾ। ਤਾਂ ਇਸ ਤੋਂ ਕੁਛ ਨਾ ਕੁਛ ਡੈਟਰੈਂਟ ਜਿਹੜਾ ਹੈ ਜ਼ਰੂਰ ਹੋਏਗਾ, ਔਰ ਸਾਨੂੰ ਉਮੀਦ ਹੈ ਅਸੀਂ ਆਪਣਾ ਜਿਹੜਾ ਪ੍ਰਯਾਸ ਹੈ ਉਹ ਜਾਰੀ ਰੱਖਾਂਗੇ, ਔਰ ਉਪਰਾਲੇ ਜਾਰੀ ਰੱਖਾਂਗੇ ਵੱਖ ਵੱਖ ਜੋ ਵੀ ਅਸੀਂ ਕਰ ਸਕਦੇ ਹਾਂ ਤਾਂ ਕਿ ਇਹਦੇ 'ਚ ਨਸ਼ਿਆਂ ਦੇ ਵੇਚਣ ਨੂੰ ਠੱਲ ਪਾਈ ਜਾ ਸਕੇ। ਸਰ ਆਮ ਲੋਕ ਇਸ ਚੀਜ਼ ਨੂੰ ਵੇਖ ਕੇ ਜ਼ਰੂਰ ਗੁੰਮਰਾਹ ਹੁੰਦੇ ਨੇ ਕਿ ਨਸ਼ਾ ਵੇਚਣ ਵਾਲੇ ਨੇ ਅੱਜ ਕੋਠੀ ਖੜੀ ਕਰ ਲਈ, ਕਾਰ ਵੱਡੀ ਲੈ ਲਈ, ਉਸ ਨੂੰ ਕਿਸ ਤਰੀਕੇ ਨਾਲ ਦੇ ਦਿਓ ਔਰ ਕੀ ਤਾੜਨਾ ਕਰਦੇ ਹੋ ਲੋਕਾਂ? ਦੇਖੋ, ਉਹਦੇ ਉਸ ਨੂੰ ਹੀ ਜਿਹੜਾ ਹੈ ਕਾਊਂਟਰ ਕਰਨ ਵਾਸਤੇ ਇਹ ਫਰੀਜ਼ਿੰਗ ਆਫ ਪ੍ਰੋਪਰਟੀਜ਼ ਦਾ ਹੈਗਾ। ਜਦੋਂ ਇਹ ਦੇਖਦੇ ਆ ਵੀ ਇੰਨਾ ਕੁਛ ਬਣਾ ਕੇ ਵੀ ਅਗਲੇ ਦੇ ਪੱਲੇ ਕੁਛ ਨਹੀਂ ਪਿਆ, ਉਹ ਪ੍ਰੋਪਰਟੀ ਸਰਕਾਰ ਨੇ ਜ਼ਬਤ ਕਰ ਲਈ ਹੈ ਔਰ ਇਹ ਵੇਚ ਨਹੀਂ ਸਕਦਾ, ਨਾ ਇਹ ਉਸ ਤੋਂ ਬਾਅਦ ਜਦੋਂ ਕਨਵਿਕਟ ਹੋ ਜਾਏਗਾ ਤਾਂ ਇਹਦੀ ਕੁਰਕੀ ਹੋ ਜਾਣੀ ਹੈ, ਜੇ ਵੇਚ ਦੇਣਗੇ ਜਾਂ ਨਿਲਾਮ ਹੋ ਜਾਏਗੀ, ਤਾਂ ਉਹ ਫਿਰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਕੋਈ ਪੋਟੈਂਸ਼ੀਅਲ ਇਸ ਕੰਮ 'ਚ ਪੈਣਾ ਚਾਹੁੰਦਾ ਹੁੰਦਾ ਉਹ ਆਪਣੇ ਪੈਰ ਪਿੱਛੇ ਖਿੱਚ ਲੈਂਦਾ ਕਿ ਇੰਨਾ ਰਿਸਕ ਵੀ ਲਓ, ਫੜੇ ਵੀ ਜਾਓ, ਜੇਲ੍ਹ ਵੀ ਕੱਟੋ, ਔਰ ਜੋ ਜ਼ਮੀਨ ਜਾਇਦਾਦ ਬਣਾਓ ਉਹ ਵੀ ਸਰਕਾਰ ਲੈ ਜਾਏ, ਤਾਂ ਮੇਰੇ ਖਿਆਲ ਕੁਛ ਨਾ ਕੁਛ ਪ੍ਰਭਾਵ ਜ਼ਰੂਰ ਪਏਗਾ ਇਸ ਚੀਜ਼ ਉਹਨਾਂ 'ਤੇ। ਸਰ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅੱਜ ਡਰੱਗ ਡੇ ਤੇ? ਅੱਜ ਇੰਟਰਨੈਸ਼ਨਲ ਡਰੱਗ ਡੇ ਹੈ ਜੀ, ਤਾਂ ਅਸੀਂ ਇੱਕ ਤਾਂ ਸਾਰੀ ਜਿੰਨੀ ਕੁ ਸਾਡੇ ਕੇਸਿਸ ਸੀਗੇ ਜੁਡੀਸ਼ੀਅਲ ਆਰਡਰ ਲੈ ਗਏ, ਅਸੀਂ ਡਿਸਪੋਜ਼ਲ ਕੀਤੀ ਹੈ 43 ਦੇ ਕਰੀਬ ਕੇਸਾਂ 'ਚ, ਉਸ ਤੋਂ ਬਾਅਦ ਜਿਹੜੇ ਕੋਈ ਆਰਡਰਸ ਕੰਪੀਟੈਂਟ ਅਥਾਰਟੀ ਵੱਲੋਂ ਆਏ ਸੀ ਉਹਨਾਂ ਦੀ ਪੇਸਟਿੰਗ ਕੀਤੀ ਹੈ ਲੋਕਾਂ ਦੇ ਘਰਾਂ 'ਚ ਜਾ ਕੇ, ਔਰ ਮੈਂ ਇਹੀ ਮੇਰੇ ਵੱਲੋਂ ਹੈ ਕਿ ਤੁਸੀਂ
ਇੱਕ ਤਾਂ ਜਿਹੜਾ ਆਪਣਾ ਬੱਚੇ ਆ ਜਿਹੜੇ ਉਹਨਾਂ ਨੂੰ ਇਸ ਚੀਜ਼ ਤੋਂ ਡੀ ਐਡਿਕਸ਼ਨ ਸੈਂਟਰਸ 'ਚ ਵਗੈਰਾ 'ਚ ਲਗਾ ਕੇ ਹਟਾਓ ਜਿਹੜੇ ਨਸ਼ੇ ਕਰ ਰਹੇ ਆ, ਕਿਉਂਕਿ ਉਹੀ ਅੱਗੇ ਪੋਟੈਂਸ਼ੀਅਲ ਕਸਟਮਰ ਬਣਦੇ ਆ ਔਰ ਆਪਣੀ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਵਾਸਤੇ ਉਹੀ ਫਿਰ ਪੈਡਲਰ ਬਣ ਜਾਂਦੇ ਆ। ਅਤੇ ਜੇ ਕਿਤੇ ਨਸ਼ਾ ਵਿਕ ਰਿਹਾ ਜਾਂ ਉਹ ਤੁਸੀਂ ਇਤਲਾਹ ਦਿਓ ਪੁਲਿਸ ਨੂੰ, ਤੁਹਾਡੀ ਜਿਹੜੀ ਪਛਾਣ ਹੈ ਉਹ ਬਿਲਕੁਲ ਗੁਪਤ ਰੱਖੀ ਜਾਏਗੀ ਔਰ ਫੋਨ ਨੰਬਰ ਵਗੈਰਾ ਕੁਛ ਵੀ ਸ਼ੇਅਰ ਨਹੀਂ ਕੀਤਾ ਜਾਏਗਾ ਕਿਸੇ ਨਾਲ ਵੀ, ਔਰ ਅਸੀਂ ਉਹ ਫੌਰੀ ਤੌਰ 'ਤੇ ਉਹ ਜਿਹੜੀ ਵੀ ਤੁਸੀਂ ਸਲਾਹ ਦਿਓਗੇ ਉਸ 'ਤੇ ਅਮਲ ਕਰਕੇ ਐਕਸ਼ਨ ਕਰਾਂਗੇ।